ਹਾਂਜੀ ਭਾਈ ਜੀ ਪਿਆਰ ਭਰੀ ਸਾਥ ਸਾਰੇ ਕਾਲ ਜੀ ਕੀ ਹਾਲ ਚਾਲ ਨੇ ਤੇ ਸਾਰੇ ਭਰਾ तकरीबन ਠੀਕ ਹੀ ਹੋਵਗੇ ਤੇ ਭਾਈ ਜੀ ਅੱਜ ਆਪਾਂ ਗੱਲ ਕਰਦੇ ਆਂ ਪਿੱਛੇ ਸਰਪੰਚੀ ਦੀਆਂ ਚੋਣਾਂ ਓਕੇ ਹੋਟੀਆਂ ਗਈਆਂ ਤਿੰਨ ਦਿਨ ਹੀ ਹੋਏ ਨੇ ਤੇ ਕੁਝ ਭਰਾ ਜਿੱਤ ਕੇ ਤੇ ਕੁਝ ਹਾਰ ਗਏ ਗੱਲ ਕਰਨ ਲੱਗੇ ਆਂ ਜਮੂਸੇ ਪਿੰਡ ਦੀ ਮੂਸੇ ਪਿੰਡ ਦੇ ਵਿੱਚੋਂ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਹੀ ਆ ਬਹੁਤ ਮੰਦਾ ਬੋਲ ਰਹੇ ਨੇ ਕੁਝ ਭਰਾ ਨੇ ਇੰਦਾ ਨਹੀਂ ਵੀ ਸਾਰਾ ਪਿੰਡ ਬੋਲ ਰਿਹਾ ਕੁਝ ਭਰਾ ਨੇ ਜੋ ਸ਼ਰਾਰਤੀ ਅੰਸਰ ਹੁੰਦੇ ਆ ਬੋਲ ਰਹੇ ਨੇ ਕੁਝ ਸਿਆਣੇ ਬਣੇ ਬੰਦੇ ਵੀ ਮੰਦਾ ਬੋਲ ਰਹੇ ਨੇ ਕਹਿ ਰਹੇ ਨੇ ਅਸੀਂ ਸਿੱਧੂ ਘਰਾਤਾ ਸਿੱਧੂ ਘਰਾਤਾ ਸਿੱਧੂ ਨਹੀਂ ਹਰਿਆ ਮਿੱਤਰੋ ਤੁਸੀਂ ਹਰ ਗਏ ਸਿੱਧੂ ਨਹੀਂ ਹਰਿਆ ਤੁਸੀਂ ਹਰ ਗਏ ਪਤਾ ਕਿਉਂ ਸਿੱਧੂ ਸੋਡੇ ਪਿੰਡ ਦਾ ਨਾਂ ਉੱਥੋਂ ਤੱਕ ਲੈ ਕੇ ਗਿਆ ਜਿੱਥੋਂ ਤੱਕ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਨੂੰ ਕਹਿੰਦਾ ਕਿਉਂਕਿ ਪੰਜੇ ਉਂਗਲ ਇੱਕਸਾਰ ਨਹੀਂ ਹੁੰਦੀਆਂ ਠੀਕ ਹੈ ਨਾ ਸਿੱਧੂ ਥੋੜੇ ਪਿੰਡ ਦਾ ਨਾਂ ਉੱਥੋਂ ਤੱਕ ਲੈ ਕੇ ਗਿਆ ਜਿੱਥੋਂ ਤੱਕ ਤੁਸੀਂ ਜ਼ਿੰਦਗੀ 'ਚ ਕਦੇ ਸੋਚ ਵੀ ਨਹੀਂ ਸਕਦੇ ਠੀਕ ਹੈ ਨਾ ਤੁਸੀਂ ਕਹਿ ਰਹੇ ਹੋ ਦੀ ਸਿੱਧੂ ਘਰਾ ਤਾ ਤਾਉਣ ਚੋਕਲਾ ਘੜ ਤਾ ਤਾਉਣ ਚੋਕਲਾ ਥੋੜੇ ਨਿਕਲ ਗਿਆ ਤੁਸੀਂ ਆਲ ਵਰਲਡ ਦੇ ਵਿੱਚ ਆਪਣੇ ਪਿੰਡ ਦੀ ਏਕਾਤਾ ਦੱਸਦੀ ਸਾਡੇ ਪਿੰਡ ਦੀ ਏਕਾਤਾ ਜਿੱਤ ਹਾਰ ਬਣੀ ਆਈ ਆ ਕੋਈ ਜਿੱਤਦਾ ਵੀ ਹੈ ਕੋਈ ਹਾਰਦਾ ਵੀ ਹੈ ਪਰ ਇਹ ਨਹੀਂ ਹੁੰਦਾ ਵੀ ਤੁਸੀਂ ਕਿਸੇ ਨੂੰ ਹਰਟ ਕਰੋ ਤੁਸੀਂ ਕਿਸੇ ਨੂੰ ਵੀਡੀਓ ਪਾ ਕੇ ਦੁਖੀ ਕਰੋ ਇਹ ਤੁਸੀਂ ਆਪਣੇ ਪਿੰਡ ਦੀ ਅਕਾਤ ਦਾ ਦੱਸ ਰਹੇ ਹੋ ਵੀ ਸਾਡੇ ਪਿੰਡ ਦੀ ਅਕਾਤ ਪਈ ਆ ਗਈ ਸਾਡੇ ਪਿੰਡ ਦਾ ਬੰਦੇ ਨੇ ਨਾਂ ਕੱਢਿਆ ਸੀ ਮੁੰਡਾ ਮਰ ਗਿਆ ਸਿੱਧੂ ਮਰ ਗਿਆ ਠੀਕ ਆ ਉਹ ਜਿਉਂਦੀ ਦੁਨੀਆ ਤੱਕ ਨਾਂ ਮੂਥੇ ਜਦ ਤੱਕ ਦੁਨੀਆ ਰਹਿਣੀ ਹੈ ਮੂਥੇ ਦਾ ਨਾਂ ਉਦੋਂ ਕੱਢ ਗਿਆ ਪਰ ਤੁਸੀਂ ਤੁਸੀਂ ਨਾਂ ਬਦਨਾਮ ਕਰਨ ਤੇ ਤੋਲੀ ਹੋਏ ਹੋ ਕਰੋ ਤੁਸੀਂ ਆ ਬਦਨਾਮ ਹੋ ਰਹੇ ਹੋ ਥੋੜੀ ਮਾਨਸ ਤੱਕਾ ਜਿਹੜੀ ਨਾ ਇਹ ਪਤਾ ਲੱਗ ਰਹੀ ਹੈ ਲੋਕਾਂ ਨੂੰ ਵੀ ਕੀ ਸੋਚ ਆ ਐਵੇਂ ਥੋੜੀ ਆਪਾਂ ਨੂੰ ਮਾਨਸਾਪਿੰਡ ਦੇ ਨੂੰ ਲੋਕੋ ਬੈਕਵਾਰਡ ਕਹਿੰਦੇ ਆ ਵੀ ਬੈਕਵਾਰਡ ਆ ਐਸੀ ਸੋਚ ਪਤਾ ਲੱਗਦੀ ਆ ਨਾ ਛੋੜੇ ਪਿੰਡ ਦੇ ਵਿੱਚ ਨਾ ਮੂਸੇ ਪਿੰਡ ਦੇ ਵਿੱਚ ਕਾਚਰੇ ਹੁੰਦੇ ਬੜੇ ਮਸ਼ਹੂਰ ਹੁੰਦੇ ਸੀਗੇ ਕਾਚਰੇ ਵਾਲਾ ਮੂਸਾ ਕਹਿੰਦੇ ਹੁੰਦੇ ਸੀ ਪਰ ਅੱਜ ਆਲ ਵਰਲਡ ਦੇ ਉੱਤੇ ਮੂਸਾ ਕਿਉਂ ਮਸ਼ਹੂਰ ਹੋਇਆ ਸਿੱਧੂ ਕਰਕੇ ਕਿਉਂਕਿ ਸਿੱਧੂ ਨੇ ਉਹ ਕੀਤਾ ਜੋ ਕੋਈ ਕੋਈ ਕਰ ਨਹੀਂ ਸਕਦਾ ਪਰ ਤੁਸੀਂ ਇੱਕ ਇਲੈਕਸ਼ਨ ਦੇ ਵਿੱਚ ਕੋਈ ਜਿੱਤ ਗਏ ਤੁਸੀਂ ਚੀਕਾਂ ਮਾਰ ਰਹੇ ਹੋ ਤੁਸੀਂ ਬਦਨਾਮ ਕਰ ਰਹੇ ਹੋ ਅਸੀਂ ਤੌਣ ਚੋਕੇਲਾ ਕੱਢਤਾ ਉਹ ਤੌਣ ਚੋਕੇਲਾ ਸੋਡੇ ਨਿਕਲ ਗਏ ਮਿੱਤਰੋ ਤੁਸੀਂ ਇਹ ਦੱਸਤਾ ਵੀ ਹਾਂ ਵੀ ਅਸੀਂ ਇਦਾਂ ਦੇ ਬੰਦੇ ਆ ਠੀਕ ਹੈ ਨਾ ਬਾਕੀ ਦੂਜੀ ਗੱਲ ਬੜੇ ਭਰਾ ਮੈਨੂੰ ਕਹਿ ਰਹੇ ਸੀਗੇ ਵੀ ਤੂੰ ਦੋਗਲਾ ਤੋਂ ਖੁਸ਼ੀ ਮਨਾ ਰਿਹਾ ਬਾਈ ਜੀ ਮੇਰਾ ਪਿੰਡ ਮੂਸਾ ਨਹੀਂ ਮੇਰਾ ਪਿੰਡ ਘੁੰਮਣਾ ਠੀਕ ਹੈ ਨਾ ਅਸੀਂ ਸਰਪੰਚੀ ਜਿੱਤੇ ਅਸੀਂ ਤਾਂ ਖੁਸ਼ੀ ਮਨਾ ਰਹੇ ਆ ਕਿਉਂਕਿ ਸਾਡੇ ਕੋਲੇ ਬਾਪੂ ਜੀ ਆਏ ਸੀ ਸਾਡੀ ਸਪੋਰਟ ਕਰਕੇ ਗਏ ਸੀ ਠੀਕ ਆ ਅਸੀਂ ਉਹਨਾਂ ਕਰਕੇ ਜਿੱਤੇ ਆ ਸਾਡੇ ਪਿੰਡ ਦੇ ਵਿੱਚ ਸਰਦਾਰ ਬਲਕੌਰ ਸਿੰਘ ਕਰਕੇ ਸਿੱਧੂ ਮੂਸੇਵਾਲਾ ਕਰਕੇ ਅਸੀਂ ਜਿੱਤੇ ਆ ਸਾਡੀ ਸਪੋਰਟ ਕਰਕੇ ਗਏ ਸੀ ਠੀਕ ਆ ਮੂਸੇਵਾਲਾ ਤੁਸੀਂ ਬਹੁਤ ਵਧੀਆ ਸਾਫਤ ਚੀਜ਼ ਕਰਤੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪੰਜ ਗੁਣ ਇੱਕਸਾਰ ਨਹੀਂ ਹੁੰਦੇ ਜਿਹੜੇ ਕੁਝ ਬੋਲ ਰਹੇ ਸੀਗੇ ਆ ਵੀਡੀਓ ਦੇ ਵਿੱਚ ਮੂਰੇ ਹੋਗੇ ਤੁਸੀਂ ਇਹ ਸਾਫਤ ਕਰਤਾ ਵੀ ਅਸੀਂ ਬਾਕੀ ਬੈਕਵਾੜਾ ਮਾਨਸਾ ਬਠਿੰਡਾ ਵਾਕੀ ਵਾਖਵਾੜਾ ਸੋਚਦਾ ਸਰੇ ਛੋਡੇ ਪਿੰਡ ਦਾ ਇੱਡਾ ਵੱਡਾ ਬੰਦੇ ਨੇ ਨਾ ਕੱਢਿਆ ਹੋਵੇ ਤੇ ਤੁਸੀਂ ਤੁਸੀਂ ਵੀਡੀਓ ਪਾ ਪਾ ਕੇ ਕਰ ਰਹੇ ਹੋ ਅਸੀਂ ਤਾਂ ਉਂਚੋ ਕੇਲਾ ਕੱਢਦਾ ਕਿੰਨੇ ਦਾ ਛੋਡੇ ਨਿਕਲ ਗਿਆ ਪਤਾ ਲੱਗੀ ਏਕਾਤ ਕੀ ਆਪਣੀ ਠੀਕ ਹੈ ਨਾ ਇਹਨੇ ਪਿੰਡ ਦਾ ਘਾਰਿਆਂ ਤੋਂ ਪਤਾ ਲੱਗ ਗਿਆ ਉਹਦਾ ਤੇ ਪਿੰਡ ਦਾ ਪਤਾ ਵਾਕੀ ਲੱਗ ਗਿਆ ਠੀਕ ਹੈ ਗੁੱਸਾ ਨਾ ਮੰਨਿਓ ਗੱਲਾਂ ਸੱਚੀਆਂ ਆਈਆਂ ਲੱਗਣੀਆਂ ਬੜਿਆਂ ਨੂੰ ਕਿਸੇ ਨੂੰ ਗਲਤ ਬੋਲ ਗਿਆ ਤਾਂ ਮਾਫੀ ਮੰਗਦੇ ਆ ਪਰ ਪਿੰਡ ਦੇ ਉਹ ਬੰਦੇ ਉਹ ਤੁਸੀਂ ਇਹ ਦੱਸਤਾ ਵੀ ਸਾਡੀ ਆਹੀ ਸਾਡੀ ਹੈਗੀ ਆ ਠੀਕ ਆ ਮੈਂ ਕੁਝ ਬੰਦੇ ਨੂੰ ਕਹਿ ਰਿਹਾ ਸਾਰੇ ਨੂੰ ਨਹੀਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਹਿੰਜੀ ਮੂਸਾ ਪਿੰਡ ਹਰ ਗਿਆ ਸਿੱਧੂ ਮੂਸੇ ਵਾਲਾ ਜਾਂ ਬਲਕੌਰ ਸਿੰਘ ਨਹੀਂ ਆ ਰਿਹਾ ਇਹ ਮੂਸਾ ਪਿੰਡ ਹਰ ਗਿਆ